हाँ जी दोस्तों, की हाल है जी सारिया का। दोस्तों इस वीडियो में असी थानू दो बड़े अपडेट देवांगे। पहला तुसी देखोगे किस तरह हरनेक सिंह नेकी न्यूजीलैंड ने सिद्धू की सपोर्ट की, ते फिर थानू दसांगे किस तरह करण औजला ने सिद्धू मूसे वाले वांग ही ट्रैक्टर ते हाँ है गया लिखवा के सिद्धू नू जवाब दिता है। चलो चलते हाँ जी पहले अपडेट वल। दोस्तों हरनेक सिंह नेकी न्यूजीलैंड वाला अपने बयान करके अक्सर कॉन्ट्रोवर्सी में घिरिया रहिंदा है। हरनेक ने की कई सिख जथेबंदियों का निशाना भी बने हुए हैं। तो हरनेक सिंह नू अक्सर तुसी अपने लाइव शो में लड़ते झगड़ते देखा होगा, पर इस बार जदों हरनेक नेकी नू सिद्धू मूसेवाले दे गीतां बारे पुछया गया तां उन्होंने कहा, मैं खुद सिद्धू दे गीत सुनदा हाँ, तो सिद्धू दे गीत हर एक एज वाला बंदा सुन सकता है। मुकदी गल यह है कि उन्होंने सिद्धू की खुल के सपोर्ट की है, बाकी तुसी उन्हां दे मूंहों ही सुन सकते हो। ਉਹੀ ਕੁਛ ਸਿੱਧੂ ਨਾਲ ਹੋ ਰਿਹਾ ਉੱਥੇ। ਪਹਿਲਾਂ ਤਾਂ ਉਹਨੂੰ ਕਹਿੰਦੇ ਸੀਗੇ ਇਹਨੂੰ ਗਾਉਣਾ ਨੀ ਆਉਂਦਾ, ਇਹਨੂੰ ਲਿਖਣਾ ਨੀ ਆਉਂਦਾ। ਜਿਹੜੇ ਜਿਨ੍ਹਾਂ ਜਿਹਾ ਰਿਜੈਕਟ ਕੀਤਾ ਸੀ ਸਿੰਗਰਾਂ ਨੇ, ਉਹ ਕਹਿੰਦੇ ਇਹਨੂੰ ਲਿਖਣਾ ਨੀ ਆਉਂਦਾ, ਉਹ ਆਪ ਗਾਉਣ ਲੱਗ ਗਿਆ। ਨਾਲੇ ਜੀ ਉਹ ਤੁਸੀਂ ਨਾ ਉਹਨੂੰ ਸੁਣ ਕੇ ਦੇਖੋ, ਹਾਂਜੀ ਉਹਦੀ ਗੱਲ ਦੇ ਵਿੱਚ ਖਿੱਚਿਆ ਜਿਹੜੇ ਹਰ ਵਰਗ ਦੇ ਬੰਦੇ ਨੂੰ, ਹਰ ਉਮਰ ਦੇ ਬੰਦੇ ਨੂੰ ਇਦਾਂ ਲੱਗਦਾ ਵੀ ਮੇਰੀ ਗੱਲ ਕਰ ਰਿਹਾ ਹੈ। ਲੜਾਈ ਕੋਈ ਬੰਦਾ ਨੀ ਯਾਰ ਲੜਦਾ ਹੁੰਦਾ। ਮੈਂ ਕਹਿੰਦਾ ਤੂੰ ਮੈਨੂੰ ਸਿੱਧੂ ਮੂਸੇ ਵਾਲਾ ਸੁਣਾ ਦਿਓ। ਹਾਂਜੀ ਇਹਨੂੰ ਕਹੋ। ਦੋਸਤੋ ਕਰਨ ਔਜਲਾ ਨੇ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸਿੱਧੂ ਮੂਸੇਵਾਲੇ ਨੂੰ ਨਿਸ਼ਾਨਾ ਬਣਾਇਆ ਹੈ। ਜਿੱਦਾਂ ਸਿੱਧੂ ਨੇ ਆਪਣੇ 5911 ਟਰੈਕਟਰ 'ਤੇ ਹੈ ਕੋਈ ਹੋਰ ਲਿਖਵਾਇਆ ਹੈ, ਇਸੇ ਤਰ੍ਹਾਂ ਹੀ ਕਰਨ ਔਜਲਾ ਨੇ ਵੀ ਇੱਕ ਟਰੈਕਟਰ ਦੀ ਫੋਟੋ ਸ਼ੇਅਰ ਕੀਤੀ ਹੈ ਅਤੇ ਉਸ ਉੱਤੇ ਲਿਖਿਆ ਹੈ ਹਾਂ ਹੈਗੇ ਹਾਂ। ਅਤੇ ਕਰਨ ਔਜਲਾ ਦੇ ਆਉਣ ਵਾਲੇ ਗੀਤ ਦਾ ਟਾਈਟਲ ਵੀ ਇਹੀ ਹੈ। ਦੋਸਤੋ ਇਸ ਫੋਟੋ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਕਰਨ ਔਜਲਾ ਸਿੱਧੂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੋਸਤੋ ਕਰਨ ਔਜਲਾ ਦੇ ਇਸ ਗੀਤ ਬਾਰੇ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਗੀਤ ਰਾਹੀਂ ਉਹ ਸਿੱਧੂ ਨੂੰ ਜਵਾਬ ਦੇਗੇ ਵਾ, ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਅੱਗਿਓਂ ਸਿੱਧੂ ਕਰਨ ਔਜਲਾ ਨੂੰ ਜਵਾਬ ਦਿੰਦਾ ਹੈ ਕਿ ਨਹੀਂ, ਕਿਉਂਕਿ ਸਿੱਧੂ ਨੇ ਪਿਛਲੇ ਦਿਨੀਂ ਇੱਕ ਪੋਸਟ ਪਾ ਕੇ ਕਿਹਾ ਸੀ ਕਿ ਮੈਂ ਹੁਣ ਸਭ ਦੀ ਪ੍ਰਮੋਸ਼ਨ ਕਰਨੀ ਬੰਦ ਕਰ ਦਿੱਤੀ ਹੈ, ਮੇਰੇ ਵੱਲੋਂ ਕੋਈ ਵੀ ਜਵਾਬ ਨਹੀਂ ਮਿਲੇਗਾ। ਬਾਕੀ ਦੋਸਤੋ ਤੁਹਾਡੇ ਇਹਨਾਂ ਅਪਡੇਟਸ ਬਾਰੇ ਕੀ ਵਿਚਾਰ ਨੇ ਅਤੇ ਤੁਹਾਡਾ ਫੇਵਰੇਟ ਸਿੰਗਰ ਕਿਹੜਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ। ਓਕੇ ਧੰਨਵਾਦ ਜੀ ਸਾਰਿਆਂ ਦਾ। ਜੱਟ ਦਾ ਮੁਕਾਬਲਾ ਕਿੱਥੇ ਕਿੱਥੇ ਹੈ, ਅੱਜ ਸਿੱਧੂ ਦਾ ਮੁਕਾਬਲਾ ਮੂਸੇ ਵਿੱਚ ਹੈ। ਸਿੱਧੂ ਦਾ ਮੁਕਾਬਲਾ।